अमृतसर बस स्टैंड कंडक्टर का धरना लगा हुआ यूनियन का। उस तो बाद देख सकते हो कि बसा बाहर आने तो रुकी हुई ने, काफी सवारिया भी रुकिया ने। इस बाद के क्योंकि लगातार पंजाब सरकार आजादी बदली है, काफी वादे किए गए, उस तो बाद वादे पूरे ना होने करके दिन पर दिन धरने रोस हुंदा नजर आउंदा। एक पासे बसा का पूरा जाम लगा दिता गया ता जो कोई बस बाहर ना जा सके, और किस तरीके दे नाल नारेबाजी करके अपनियां मंगा सरकार अगे लैके आना चाहुंदे ने। क्यों अज इना धरना लग गया, कि किस तरीके दा रोस अपना सरकार अगे पेश करदे पए? साडा जी अज पूरे पंजाब दे अंदर 27 डिपुआं दा अज पूरे पंजाब दे 2 घंटे बस स्टैंड बंद करके रोस प्रदर्शन आ, क्योंकि जिहड़ी आम आदमी सरकार आ बड़े बड़े वादे करने वाली वड्डियां गल्लां करने वाली अज जिहड़े आ मुलाजम जिहड़े हड़ताल कीती 2 घंटिआं दी, इन्हां कोल जिहड़ियां नगुणियां तनखावां जे कच्चे मुलाजमां दीआं ਉਹ ਵੀ ਦੇਣ ਤੋਂ ਸਮਰੱਥ ਹੋ ਚੁੱਕੇ ਆ, ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਆ ਕਿ ਜਿਹੜਾ ਮੇਰਾ ਹਰਿਆ ਪਿੰਨ ਆ ਉਹ ਪਹਿਲਾਂ ਜਿਹੜਾ ਕੱਚੇ ਮੁਲਾਜ਼ਮ ਪੱਕੇ ਕਰਨ ਤੇ ਚੱਲੇਗਾ, ਪਰ ਉਹ ਤੇ ਵਾਅਦੇ ਜਿਹੜੇ ਆ ਉਹਦੀ ਫੂਕ ਨਿਕਲੀ ਚੁੱਕੀ ਆ। ਪਰ ਨਗੁਣੀਆਂ ਜਿਹੜੀਆਂ ਤਨਖਾਹਾਂ ਸਮੇਂ ਸਿਰ ਲੈਂਦੇ ਮੁਲਾਜ਼ਮ ਤੇ ਥੋੜੀਆਂ ਤਨਖਾਹਾਂ ਲੈ ਕੇ ਘਰਾਂ ਦਾ ਗੁਜ਼ਾਰਾ ਕਰਦੇ ਪਏ ਸੀ, ਅੱਜ ਉਹ ਵੀ ਜਿਹੜਾ ਉਹ ਜਿਹੜੇ ਚੁੱਲ੍ਹੇ ਠੰਡੇ ਹੋ ਚੁੱਕੇ ਆ। ਅੱਜ 22 ਤਰੀਕ ਕੀ 22 ਤਰੀਕ ਹੋ ਚੁੱਕੀ ਆ, ਜਿਹੜੀ ਤਨਖਾਹ ਦੀ ਅਜੇ ਵੀ ਕੋਈ ਆਸ ਨਹੀਂ ਗੀ। ਅਸੀਂ ਇਤਿਹਾਸਿਕ ਫੈਸਲੇ ਕਰਾਂਗੇ, ਇਸ ਤੋਂ ਬਾਅਦ ਜੇ ਪੰਜਾਬ ਦਾ ਇੱਕ ਖੁਸ਼ਹਾਲ ਚਿਹਰਾ ਸਾਹਮਣੇ ਆਊਗਾ, ਰੰਗਲਾ ਪੰਜਾਬ ਬਣ ਜਾਏਗਾ ਮੁੜ ਤੋਂ, ਸੋਨੇ ਦੀ ਚਿੜੀ ਫਿਰ ਤੋੜੇਗੀ ਪੰਜਾਬ ਦੇ ਵਿੱਚ। ਲੱਗਦਾ ਨਹੀਂ ਕਿ ਇਸ ਤਰੀਕੇ ਦਾ ਕੁਝ ਦੇਖਣ ਨੂੰ ਮਿਲਿਆ? ਸਾਨੂੰ ਲੱਗਦਾ ਸੀ ਜਿਹੜੀਆਂ ਆਸ ਜਿੰਨੇ ਮੁਲਾਜ਼ਮ ਆ ਸਾਡੇ ਤੁਹਾਨੂੰ ਦਿਖਾਈ ਦੇ ਰਹੇ, ਇਹਨਾਂ ਨੇ ਬੜੇ ਜੋਸ਼ ਦੇ ਵਿੱਚ ਆਣ ਕੇ ਵੋਟਾਂ ਪਾਈਆਂ, ਕਿਉਂਕਿ ਲੱਗਦਾ ਸੀ ਸਾਨੂੰ ਕਿ ਤੀਜੀ ਧਿਰ ਆਣ ਕੇ ਪੰਜਾਬ ਦਾ ਭਲਾ ਕਰ ਸਕਦੀ ਆ। ਪਰ ਉਹ ਜਿਹੜੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਹੀ ਆ ਤੁਸੀਂ, ਉਹ ਜਿਹੜੀ ਅਜੇ ਮੈਨੂੰ ਤਾਂ ਲੱਗਦਾ ਬੜੀ ਦੂਰ ਦੀ ਗੱਲ ਆ। ਜਿਹੜਾ ਗਰਾਊਂਡ ਲੈਵਲ ਤੋਂ ਕੰਮ ਜਿਹੜੇ ਅੱਜ ਦੀ ਰਿਪੋਰਟ ਜਿਹੜੀ ਆ ਸਰਕਾਰ ਜਿਹੜੀ ਸਾਨੂੰ ਫੇਰ ਲੱਗਦੀ ਆ, ਕਿਉਂਕਿ ਨਗੁਣੀਆਂ ਤਨਖਾਹਾਂ ਜਿਹੜੀਆਂ ਪਹਿਲਾਂ ਦੇ ਰਹੇ ਨੇ ਉਹ ਕਿਸੇ ਦੀ 12,000 14,000 ਉਹ ਵੀ ਜਿਹੜੀ ਤਨਖਾਹ ਉਹ ਸਾਨੂੰ ਸਾਫ ਜਵਾਬ ਦੇ ਆ ਵੀ ਸਾਡੇ ਕੋਲ ਜਿਹੜਾ ਖਜ਼ਾਨੇ 'ਚ ਪੈਸਾ ਨਹੀਂ ਹੈਗਾ। ਹੁਣ ਕਿੰਨੇ ਬੱਸਾਂ ਰੁਕੀਆਂ ਨੇ, ਕਿਉਂਕਿ 2 ਘੰਟੇ ਤੁਸੀਂ ਕਿਹਾ ਧਰਨਾ ਅਸੀਂ ਰੱਖਿਆ ਹੋਇਆ ਇੱਕ ਤਰੀਕੇ ਦਾ ਸ਼ਾਂਤਮਈ ਤਰੀਕੇ ਨਾਲ ਲੱਗੇ ਹੋਏ ਆ, ਕਿੰਨਾ ਕੁ ਸਵਾਰੀਆਂ ਨੂੰ ਤੰਗੀ ਪਰੇਸ਼ਾਨੀ ਹੋ ਰਹੀ ਹੈ ਕਿ ਸਰਕਾਰ ਤੱਕ ਗੱਲ ਪਹੁੰਚੂਗੀ ਇਸ ਤਰੀਕੇ ਦੇ ਨਾਲ? ਜਿਹੜੀ ਅੱਜ ਸਾਡੀ ਤਕਰੀਬਨ ਜਿਹੜੀ ਆ 2200 ਬੱਸ ਜਿਹੜੀ ਪਨ ਬੱਸ ਤੇ PRTC ਦੀ ਜਿਹੜੀ ਆ ਉਹ ਚੱਕੇ ਜਾਮ ਹੋਏ 2 ਘੰਟੇ ਲਈ, ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਆ, ਕਿਉਂਕਿ ਜਨਤਾ ਕੋਲ ਹੀ ਮਾਫੀ ਚਾਹੁੰਦੇ ਆ, ਕਿਉਂਕਿ ਅਸੀਂ ਲਗਾਤਾਰ ਇਹਨਾਂ ਨਾਲ ਮੀਟਿੰਗਾਂ ਕਰਕੇ ਨੋਟਿਸ ਦੇ ਕੇ CM ਤੱਕ ਕਿ ਜਿਹੜੀ ਸਾਡੀ ਤਨਖਾਹ ਜਿਹੜੀ ਉਹ ਪਾਈ ਜਾਏ। ਪਰ ਅਫਸਰ ਸਾਹਿਬ ਨੇ ਵੀ ਸਾਡੇ ਨਾਲ ਵਾਅਦੇ ਕੀਤੇ ਵੀ ਤੁਹਾਡੀ ਜਲਦ ਜਿਹੜੀ ਤਨਖਾਹ ਰਿਲੀਜ਼ ਕਰ ਦਿੱਤੀ ਜਾਊਗੀ, ਪਰ ਅੱਜ ਕੱਲ੍ਹ ਵੀ ਸਾਡੀ ਸ਼ਾਮੀ ਗੱਲ ਹੋਈ ਆ ਅਤੇ ਆਉਂਦੇ ਵੀ ਤੁਹਾਡੀ ਤਨਖਾਹ ਜਿਹੜੀ ਸ਼ਾਮਤੀ ਕੱਲ੍ਹ ਆ ਜਾਊਗੀ। ਪਰ ਅੱਕ ਕੇ ਅਸੀਂ ਜਿਹੜਾ ਇਹ 2 ਘੰਟੇ ਦਾ ਜਿਹੜਾ ਉਹ ਸਟੈਂਡ ਲਿਆ ਵਾ, ਬੱਸ ਸਟੈਂਡ ਬੰਦ ਕੀਤੇ ਆ। ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਚੇਤਾਵਨੀ ਦਿੰਦਾ ਕਿ ਜਲਦ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਨਾ ਰਿਲੀਜ਼ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਲੀਕਾਂਗੇ, ਹੜਤਾਲ ਮੁਜ਼ਾਹਰੇ ਤੇ ਜਾਂ ਮੰਤਰੀਆਂ ਦੇ ਕੋਠੀਆਂ ਦੇ ਘਰਾਓ ਹੋ ਸਕਦੇ ਆ ਤੇ ਜਿਹੜੇ ਮੇਨ ਰੋਡ ਆ ਜਿਹੜੇ ਪੰਜਾਬ ਦੇ ਉਹ ਵੀ ਬਲੌਕ ਕਰ ਸਕਦੇ ਆ। ਜਦੋਂ ਧਰਨਾ 2 ਘੰਟੇ ਵਾਸਤੇ ਬੰਦ ਕੀਤਾ, ਜਾਮ ਕੀਤਾ, ਬੱਸਾਂ ਰੋਕੀਆਂ ਗਈਆਂ, ਉਸ ਤੋਂ ਬਾਅਦ ਕਿਤੇ ਫੋਨ ਆਇਆ ਜਾਂ ਕਿਤੇ ਅਫਸਰ ਨੇ ਕਿਹਾ ਹੋਵੇ ਕਿ ਬੰਦ ਕਰ ਦਿਓ ਜਲਦੀ ਮੰਗਾਂ ਪੂਰੀ ਹੋਣ, ਕਿਸੇ ਨੇ ਆਸ਼ਵਾਸ ਦਵਾਇਆ ਹੁਣ ਤੱਕ ਆ ਕੇ? ਸਾਨੂੰ ਅਜੇ ਅੱਧਾ 1 ਘੰਟਾ ਪਹਿਲਾਂ ਟਰਾਂਸਪੋਰਟ ਮੰਤਰੀ ਦਾ ਜਿਹੜਾ ਸਾਡੇ ਇੱਕ ਪ੍ਰਧਾਨ ਆ ਬਲਜੀਤ ਸਿੰਘ ਉਹਨੂੰ ਫੋਨ ਆਇਆ, ਉਹਨਾਂ ਨੇ ਕਿਹਾ ਵੀ ਤੁਹਾਡੀਆਂ ਤਨਖਾਹਾਂ ਜਿਹੜੀਆਂ ਜਲਦ ਰਿਲੀਜ਼ ਕਰ ਚੁੱਕੇ ਹਾਂ ਕਰ ਰਹੇ ਹਾਂ। ਇੱਕ ਲੈਟਰ ਉਹਨਾਂ ਦੇ ਵਟਸਐਪ 'ਤੇ ਆਇਆ ਵਾ, ਉਹਦੇ ਵਿੱਚ ਲੈਟਰ 'ਤੇ ਸਿਰਫ ਇਹੋ ਹੀ ਆ ਵੀ ਜਿਹੜੀ ਸਰਕਾਰ ਕੋਲ ਜਿਹੜੀ ਆ ਜਿਹੜੇ ਸਾਡੇ ਬਿੱਲ ਪੈਂਡਿੰਗ ਪਏ ਆ 1 ਕਰੋੜ ਰੁਪਈਆ, ਉਹਨਾਂ ਨੂੰ ਲੈਣ ਵਾਸਤੇ ਮੰਗ ਕੀਤੀ ਗਈ ਆ, ਜਦੋਂ ਕਿ ਅੱਜ 1, 2, 3, 5, 7 ਤਰੀਕ ਤੱਕ ਜਿਹੜੀ ਤਨਖਾਹ ਸਾਡੀ ਪਾਉਣੀ ਬਣਦੀ ਆ। ਪਰ ਉਦੋਂ ਦੇ ਜਿਹੜੇ ਇਹ ਬਿੱਲ ਜਿਹੜੀ ਆ ਕਿਉਂ ਨਹੀਂ ਮੰਗ ਕੀਤੀ ਗਈ? ਉਦੋਂ ਦੇ ਬਿੱਲ ਜਿਹੜੇ ਸਰਕਾਰ ਨੇ ਪਾਸ ਕਰਕੇ ਜਿਹੜੀ ਸਾਡੀ ਤਨਖਾਹ ਪੈ ਜਾਣੀ ਚਾਹੀਦੀ ਸੀ। ਮੈਨੂੰ ਕਿ ਲੱਗਦਾ ਅਜੇ ਵੀ ਸਰਕਾਰ ਜਿਹੜੀ ਆ ਟਰਾਂਸਪੋਰਟ ਮੰਤਰੀ ਜਿਹੜਾ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਉਹਨੂੰ ਮੇਰੇ ਖਿਆਲ ਕੋਈ ਨੌਲੇਜ ਅਜੇ ਪੂਰੀ ਨਹੀਂ ਹੈਗੀ, ਤੇ ਉਹ ਕੋਈ ਅਫਸਰ ਜਿਹੜੇ ਮੇਰੇ ਖਿਆਲ ਉਹਨੂੰ ਸਹੀ ਜਿਹੜੀ ਸਲਾਹ ਨਹੀਂ ਦੇ ਰਹੇ, ਜਿਹਦੇ ਰੋਸ ਵਜੋਂ ਜਿਹੜਾ ਅੱਜ ਇੰਨੀ ਜਨਤਾ ਜਿਹੜੀ ਖੱਜਲ ਖਰਾਬ ਹੋ ਰਹੀ ਆ ਤੇ ਸਾਨੂੰ ਜਿਹੜੇ ਧਰਨੇ ਮੁਜ਼ਾਹਰੇ ਦੇਣੇ ਪੈ ਰਹੇ। ਅਕਸਰ ਭਗਵੰਤ ਮਾਨ ਕਹਿੰਦੇ ਹੁੰਦੇ ਨੇ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਤੇ ਸਾਨੂੰ ਆਮ ਪਹੁੰਚ ਕਰਕੇ ਮਿਲ ਸਕਦੇ ਹੋ, ਕਿ ਹੁਣ ਤੱਕ ਰਾਬਤਾ ਬਣਿਆ ਕਿਤੇ ਗੱਲਬਾਤ ਹੋਈ ਕਿ CM ਤੱਕ ਪਹੁੰਚ ਕੀਤੀ ਜਾਵੇ ਜਾਂ ਟਰਾਂਸਪੋਰਟ ਮਿਨਿਸਟਰ ਤੱਕ ਗੱਲ ਕੀਤੀ ਜਾਵੇ ਤਾਂ ਜੋ ਸਾਡੀਆਂ ਮੰਗਾਂ ਹੱਲ ਹੋਣ? ਅਸੀਂ ਜੀ ਪਿਛਲੇ ਸਮੇਂ ਦੇ ਵਿੱਚ 8, 9 ਤੇ 10 ਜਿਹੜੀ ਆ ਇਹ ਜੂਨ ਦੀ ਹੜਤਾਲ ਰੱਖੀ ਸੀ, ਉਹਦੇ ਵਿੱਚ ਸਾਨੂੰ ਜਿਹੜੀ ਮੀਟਿੰਗ ਟਰਾਂਸਪੋਰਟ ਮੰਤਰੀ ਨੇ ਲਈ ਸੀ
ਤੇ ਸਾਡੇ ਅਧਿਕਾਰੀ ਵਿੱਚ ਸ਼ਾਮਲ ਸੀ। ਸਾਨੂੰ ਕਹਿੰਦੇ ਕਿ ਜਿਹੜਾ ਤੁਹਾਡਾ ਇਹ ਮੰਗਾਂ ਨੇ ਇਹ ਸੀਐਮ ਲੈਵਲ ਦੀਆਂ ਨੇ। ਅਸੀਂ ਮੰਗ ਕੀਤੀ ਵੀ ਸਾਨੂੰ ਸਾਡੀਆਂ ਮੰਗਾਂ ਹੱਲ ਕਰਨ ਦੀ ਨਾ ਕਰੋ, ਭਾਵੇਂ ਸਾਡੀ ਸੀਐਮ ਨਾਲ ਗੱਲ ਕਰਾ ਦਿਓ। ਉਹਨਾਂ ਨੇ ਕਿਹਾ ਵੀ ਜਿਹੜੀ ਸੰਗਰੂਰ ਦੀ ਜ਼ਿਮਨੀ ਚੋਣ ਆ, ਇਸ ਤੋਂ ਬਾਅਦ ਜਿਹੜੀ ਆ ਤੁਹਾਡੀ ਸੀਐਮ ਦੇ ਨਾਲ ਉਹ ਮੀਟਿੰਗ ਜਿਹੜੀ ਕਰਵਾਈ ਜਾਊਗੀ। ਮਾਨ ਸਾਹਿਬ ਦਾ ਜ਼ੋਰ ਵੋਟਾਂ 'ਚ ਲੱਗਿਆ ਹੋਇਆ, ਆਮ ਜਨਤਾ ਵੱਲ ਜ਼ੋਰ ਨਹੀਂ ਹੈਗਾ। ਬਿਲਕੁਲ ਜੀ, ਉਹਨਾਂ ਦਾ ਬਸ ਜ਼ਿਮਨੀ ਚੋਣ ਜਿੱਤਣ ਤੱਕ ਜਿਹੜਾ ਉਹ ਹੀ ਉੱਧਰ ਸਾਰਾ ਜ਼ੋਰ ਲਾਈ ਆ ਖੜੇ ਨੇ। ਆਹ ਜਨਤਾ ਖਰਾਬ ਹੋ ਰਹੀ ਆ, ਮੁਲਾਜ਼ਮ ਜਿਹੜੇ ਉਹ ਸੜਕਾਂ 'ਤੇ ਬੈਠੇ ਆ, ਬੱਸ ਸਟੈਂਡ ਬੰਦ ਆ। ਇਹ ਮੈਂ ਕਹਿੰਦਾ ਕਿ ਪਹਿਲਾਂ ਜਿਹੜੀ ਉਹ ਆਉਂਦੇ ਵੀ ਮੈਂ ਜਨਤਾ ਦੀ ਸੇਵਾ ਕਰਨੀ ਆ, ਲੋਕਾਂ ਦੀ ਸੇਵਾ ਕਰਨੀ ਆ, ਆਹ ਲੋਕਾਂ ਦੀ ਸੇਵਾ ਤੁਹਾਡੇ ਸਾਹਮਣੇ ਹੋ ਰਹੀ ਹੈ। ਲੱਗਦਾ ਵੋਟਾਂ ਤੋਂ ਬਾਅਦ ਮਿਲ ਸਕਦੇ ਨੇ ਮਾਨ ਸਾਹਿਬ ਖੁਦ ਆ ਕੇ, ਕਿਉਂਕਿ ਕਹਿੰਦੇ ਨੇ ਕਿ ਮੈਂ ਅਕਸਰ ਜਿੱਥੇ ਮੇਰੀ ਲੋੜ ਪੈਂਦੀ ਮੈਂ ਭੱਜ ਕੇ ਪਹੁੰਚਾਂਗਾ। ਕਿ ਹੁਣ ਲੱਗਦਾ ਕਿ ਇਸ ਤਰੀਕੇ ਦੇ ਰੋਸ ਤੋਂ ਬਾਅਦ, ਰੋਕ ਤੋਂ ਬਾਅਦ ਸਾਡੀ ਕੋਈ ਸੁਣੀ ਜਾਊ? ਮੈਂ ਤਾਂ ਕਹਿੰਦਾ ਵੀ ਇਹ ਬਹਾਨਾ ਆ, ਮੈਂ ਤੁਹਾਨੂੰ ਜ਼ਿਮਨੀ ਚੋਣਾਂ ਤੋਂ ਬਾਅਦ ਮਿਲਾਂਗਾ। ਕਿਉਂਕਿ ਐਡਾ ਵੱਡਾ ਅਦਾਰਾ ਜਿਹੜਾ 'ਚ ਅਸੀਂ ਕੰਮ ਕਰਦੇ ਹਾਂ, ਜਿਹ 'ਚ ਸਾਰਾ ਪੰਜਾਬ ਫ੍ਰੀ ਕੀਤਾ ਹੋਇਆ, ਸਾਡੀਆਂ ਔਰਤਾਂ ਜਿਹੜੀਆਂ ਬਜ਼ੁਰਗ ਔਰਤਾਂ ਉਹਨਾਂ ਦਾ ਵੀ ਸਫ਼ਰ ਫ੍ਰੀ ਆ, 17 ਹੋਰ ਕੈਟਾਗਰੀ ਫ੍ਰੀ ਨੇ। ਉਹਨਾਂ ਨੂੰ ਜਿਹੜਾ ਉਹ ਐਡੇ ਵੱਡੇ ਅਦਾਰੇ ਨੂੰ ਚਲਾਉਣ ਵਾਲੇ ਮੁਲਾਜ਼ਮ ਆ, ਉਹਨਾਂ ਵਾਸਤੇ 10 ਮਿੰਟ ਜਿਹੜੇ ਉਹ ਕੱਢੇ ਨਹੀਂ ਜਾ ਸਕਦੇ। ਹੋ ਸਕਦਾ ਕੋਈ ਮੀਟਿੰਗ ਦੇ ਵਿੱਚ ਹੱਲ ਨਿਕਲ ਜਾਂਦਾ, ਇਹ ਮੀਟਿੰਗ ਜਿਹੜਾ ਆਪਣੇ ਜਿਹੜੇ ਸਾਡੇ ਪ੍ਰੋਟੈਸਟ ਕਰਨ ਤੋਂ ਜਿਹੜੇ ਉਹ ਪਹਿਲਾਂ ਹੋਣੀ ਚਾਹੀਦੀ ਆ, ਪਰ ਇਹਨੂੰ ਕੋਈ ਜ਼ਰੂਰੀ ਨਹੀਂ ਸਮਝਿਆ ਭਗਵੰਤ ਮਾਨ ਜੀ ਨੇ। ਮੈਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਕਿ ਉਹ ਜਲਦ ਸਾਡੀ ਯੂਨੀਅਨ ਨਾਲ ਸੰਪਰਕ ਕਰਕੇ ਮੀਟਿੰਗ ਕਰਨ, ਜਿਹੜੇ ਇਹਨਾਂ ਦੇ ਬਣਦੇ ਹੱਕ ਆ ਉਹ ਜਲਦ ਇਹਨਾਂ ਨੂੰ ਜਿਹੜੇ ਦਿੱਤੇ ਜਾਣ। ਧਰਨਾ ਇਸ ਤਰੀਕੇ ਲੱਗਦਾ ਰਹੂਗਾ ਰੋਜ਼? ਬਿਲਕੁਲ ਜੀ, ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, ਜੇਕਰ ਸਾਡੀਆਂ ਮੰਗਾਂ ਨਹੀਂ ਹੱਲ ਹੁੰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੇ ਨਾਲ ਮੀਟਿੰਗ ਨਹੀਂ ਹੁੰਦੀ, ਕਿਉਂਕਿ ਇਹਨਾਂ ਸਾਡੇ ਨਾਲ ਵਾਅਦਾ ਕੀਤਾ ਕਿ ਮੀਟਿੰਗ ਕਰਾਂਗੇ, ਮੀਟਿੰਗ ਕਰਕੇ ਜਲਦ ਹੱਲ ਨਹੀਂ ਹੁੰਦਾ ਤੇ ਜਿਹੜੇ ਆ ਧਰਨੇ ਮੁਜ਼ਾਹਰੇ ਅੱਜ 2 ਘੰਟੇ ਦਾ ਤੇ ਕੱਲ ਨੂੰ ਹੋ ਸਕਦਾ ਅਣਮਿੱਥੇ ਸਮੇਂ ਦਾ ਵੀ ਹੋ ਸਕਦਾ। ਸੋ ਇਹ ਅਸੀਂ ਗੱਲ ਕੀਤੀ ਬੱਸ ਸਟੈਂਡ ਅੰਮ੍ਰਿਤਸਰ ਦੇ ਵਿੱਚ, ਇੱਕ ਮੇਨ ਬੱਸ ਸਟੈਂਡ ਵੀ ਕਹਿੰਦੇ ਜਿੱਥੇ ਕਿ ਕਾਫੀ ਸ਼ਰਧਾਲੂ ਜਾਂ ਕਾਫੀ ਆਮ ਲੋਕ ਆਵਾਜਾਈ ਦੇ ਵਿੱਚ ਮਸ਼ਰੂਫ ਹੁੰਦੇ ਨੇ, ਉੱਥੇ ਹੀ ਬੱਸਾਂ ਦਾ ਰੋਕ ਕੀਤਾ ਗਿਆ 2 ਘੰਟੇ ਦੇ ਲਈ। ਕਿਹਾ ਜਾਂਦਾ ਕਿ ਜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਕਿਤੇ ਨਾ ਕਿਤੇ ਅਣਮਿੱਥੇ ਸਮੇਂ ਦੇ ਲਈ ਵੀ ਘਿਰਾਓ ਕਰ ਸਕਦੇ ਹਾਂ ਤਾਂ ਜੋ ਸਾਡੀਆਂ ਮੰਗਾਂ ਪੂਰੀਆਂ ਹੋ ਸਕਣ। ਹੁਣ ਦੇਖਦੇ ਹਾਂ ਕਿ ਸਰਕਾਰ ਇਹਨਾਂ ਵੱਲ ਰੁੱਖ ਕਦੋਂ ਕਰਦੀ ਆ। ਵੀਡੀਓ ਜਰਨਲਿਸਟ ਅਕਸ਼ੇ ਦੇ ਨਾਲ ਹਰਮੀਤ ਸਿੰਘ, ਜਗਬਾਣੀ ਟੀਵੀ, ਅੰਮ੍ਰਿਤਸਰ।